हेलो फ्रेंड्स, ਅੱਜ ਆਪਾਂ ਇੱਕ ਆਨਲਾਈਨ ਕੋਰਸ ਸ਼ੁਰੂ ਕਰਨ ਜਾ ਰਹੇ ਹਾਂ ਜੋ ਆਉਣ ਵਾਲੇ ਤੁਹਾਡੇ ਪੰਜਾਬ ਦੇ ਪੇਪਰਾਂ 'ਚ ਅਤੇ ਖਾਸ ਕਰਕੇ LDC PSPCL ਦੇ ਐਗਜ਼ਾਮ 'ਚ ਤੁਹਾਨੂੰ ਬਹੁਤ ਹੀ ਬੈਨੀਫੀਸ਼ੀਅਲ ਰਹੇਗਾ। ਸਭ ਤੋਂ ਪਹਿਲਾਂ ਆਪਾਂ ਅੱਜ ਨੋਬਲ ਪ੍ਰਾਈਜ਼ ਬਾਰੇ ਪੜ੍ਹਾਂਗੇ। ਨੋਬਲ ਪ੍ਰਾਈਜ਼ ਇੱਕ ਫੇਮਸ ਸਵੀਡਿਸ਼ ਪਰਸਨ ਦੇ ਨਾਮ ਤੋਂ ਸ਼ੁਰੂ ਹੋਇਆ ਜਿਨ੍ਹਾਂ ਦਾ ਨਾਮ ਸੀ ਐਲਫਰਡ ਨੋਬਲ। ਜਦ ਨੋਬਲ ਪ੍ਰਾਈਜ਼ ਸ਼ੁਰੂ ਹੋਇਆ ਇਹ ਪਹਿਲਾਂ 5 ਫੀਲਡ 'ਚ ਹੀ ਦਿੱਤਾ ਜਾਂਦਾ ਸੀ, ਕੈਮਿਸਟਰੀ, ਲਿਟਰੇਚਰ, ਪੀਸ, ਫਿਜ਼ਿਕਸ, ਸਾਈਕੋਲੋਜੀ ਔਰ ਮੈਡੀਸਨ। ਬਟ ਹੁਣ ਇਹ 6 ਫੀਲਡਸ ਦਿੱਤੇ ਜਾਂਦਾ, 6ਵਾਂ ਜਿਹੜਾ ਫੀਲਡ ਐਡ ਹੋਇਆ ਜੀ ਉਹ ਹੈ ਇਕਨੋਮਿਕਸ। ਠੀਕ ਹੈ ਜੀ, ਜਿਹੜਾ ਇਕਨੋਮਿਕਸ ਦੀ ਫੰਡਿੰਗ ਹੈ ਉਹ ਸਵਰਗੀ ਰਿਕਸ ਬੈਂਕ ਦੁਆਰਾ ਦਿੱਤੀ ਜਾਂਦੀ ਹੈ ਜੋ ਕਿ ਸੈਂਟਰਲ ਬੈਂਕ ਆਫ ਸਵਿਟਜ਼ਰਲੈਂਡ ਹੈ। ਅਤੇ ਇਕਨੋਮਿਕਸ ਕੀ ਇੱਕ ਅਜਿਹਾ ਲੋਤਾ ਨੋਬਲ ਪੀਸ ਨੋਬਲ ਪ੍ਰਾਈਜ਼ ਹੈ ਜਿਹੜਾ ਕਿ ਅੱਜ ਤੱਕ ਕਦੀ ਡਿਸਕੋਂਟੀਨਿਊ ਨਹੀਂ ਹੋਇਆ। ਬਾਕੀ ਜਿੰਨੇ ਵੀ ਨੋਬਲ ਪ੍ਰਾਈਜ਼ ਨੇ ਉਹ ਡਿਸਕੋਂਟੀਨਿਊ ਹੋਏ ਹੈ ਕਦੀ ਨਾ ਕਦੀ, ਵਰਲਡ ਵਾਰ ਕਰਕੇ ਜਾਂ ਕਿਸੇ ਵੀ ਰੀਜ਼ਨਸ ਕਰਕੇ। ਐਲਫਰਡ ਨੋਬਲ ਜਿਨ੍ਹਾਂ ਦਾ ਕਿ ਜਨਮ ਸਟੋਕਹੋਮ ਜੋ ਕਿ ਰਾਜਧਾਨੀ ਹੈ ਸਵੀਡਨ ਦੀ ਉੱਥੇ ਹੋਇਆ। ਅਤੇ ਇਹਨਾਂ ਦਾ ਵਨ ਆਫ ਦਾ ਫੇਮਸ ਜਿਹੜੇ ਇਹਨਾਂ ਦਾ ਪੇਟੈਂਟ ਹੈ ਜੀ ਉਹ ਹੈਗਾ ਜੀ ਡਾਇਨਾਮਾਈਟ। ਤਾਂ ਹੀ ਇਹਨਾਂ ਨੂੰ ਦ ਮਰਚੈਂਟ ਆਫ ਦਾ ਡੈਥ, ਮੌਤ ਦਾ ਸੌਦਾਗਰ ਵੀ ਕਿਹਾ ਗਿਆ। ਤਾਂ ਹੀ ਇਸ ਰੀਜ਼ਨ ਕਰਕੇ ਇਹਨਾਂ ਨੇ ਕਿਹਾ ਕਿ ਮੈਂ ਇੱਕ ਸੰਸਥਾ ਖੋਲ੍ਹਣਾ ਚਾਹੁੰਦਾ, ਆਪਣੀ ਵਿਲ 'ਚ ਲਿਖਿਆ ਕਿ ਮੈਂ ਇੱਕ ਸੰਸਥਾ ਖੋਲ੍ਹਣਾ ਚਾਹੁੰਦਾ ਜਿਸ 'ਚ ਮੈਂ ਇੱਕ ਸੰਸਥਾ ਬਣਾਊਂਗਾ ਜਿਹੜੇ ਕਿ ਹਰ ਸਾਲ ਡਿਫਰੈਂਟ ਫੀਲਡ ਜੋ ਕਿ ਤੁਹਾਨੂੰ ਮੈਂ ਦੱਸਿਆ ਸੀ ਕਿ ਡਿਫਰੈਂਟ ਫੀਲਡ ਸੀਗੇ ਉਹਨਾਂ ਵਿੱਚ ਜਿਹੜੇ ਕੰਮ ਕਰੇਂਗੇ ਉਹਨਾਂ ਨੂੰ ਪ੍ਰਾਈਜ਼ ਮਨੀ ਦਿੱਤੀ ਜਾਏਗੀ। ਹਾਂਜੀ, ਇਹ ਕੁਛ ਇੰਪੋਰਟੈਂਟ ਫੈਕਟਸ ਹੈ ਜਿਨ੍ਹਾਂ ਬਾਰੇ ਜਾਣਕਾਰੀ ਆਪਾਂ ਨੂੰ ਹੋਣੀ ਚਾਹੀਦੀ ਹੈ ਅਤੇ ਇਹ ਬਹੁਤ ਹੀ ਇੰਪੋਰਟੈਂਟ ਹੈ। ਸੋ ਫੋਰ 9 ਇੰਡੀਅਨ ਔਰ ਪੀਪਲ ਆਫ ਇੰਡੀਅਨ ਓਰੀਜਨ, ਜਾਂ ਜਿਹੜੇ ਇੰਡੀਆ ਜਨਮ ਹੋਏ ਸੀਗਾ ਜਾਂ ਜਿਹੜੇ ਇੰਡੀਅਨ ਹੈਗੇ ਨੇ ਜਾਂ ਜਿਨ੍ਹਾਂ ਦਾ ਓਰੀਜਨ ਕਿੱਥੇ ਨਾ ਕਿੱਥੇ ਇੰਡੀਆ 'ਚ ਹੈਗਾ, ਉਹ ਅੱਜ ਦੀ 2019 ਤੱਕ 9 ਬੰਦੇ ਅਜੇ ਨੇ ਜਿਨ੍ਹਾਂ ਨੂੰ ਅਵਾਰਡ ਮਿਲਿਆ ਹੈਗਾ। 54 ਵੂਮੈਨਸ, ਇਕੱਲੇ 54 ਵੂਮੈਨਸ ਨੂੰ ਹੀ ਅੱਜ ਤੱਕ ਨੋਬਲ ਪ੍ਰਾਈਜ਼ ਮਿਲਿਆ। ਮੈਰੀ ਕਿਊਰੀ ਇਜ਼ ਦਾ ਓਨਲੀ ਵੂਮੈਨ, ਠੀਕ ਹੈ, ਹੂ ਹੈਜ਼ ਬੀਨ ਓਨਰਡ ਟਵਾਈਸ ਇਨ ਫਿਜ਼ਿਕਸ, ਠੀਕ ਹੈ, ਐਂਡ ਜੌਨ ਬੀ ਗੁੱਡ ਇਨਫ, ਜਿਹਨਾਂ ਨੂੰ ਕਿ ਇਸ ਸਾਲ ਕੈਮਿਸਟਰੀ ਮਿਲਿਆ। ਇਹ ਕੀ ਬਣਿਆ ਜੀ, ਇਹ ਓਲਡੈਸਟ ਪਰਸਨ ਹੈਗੇ ਹੈ ਜਿਹਨਾਂ ਨੂੰ ਇਹ ਰਿਸੈਪਟਡ ਹੋਇਆ ਪ੍ਰਾਈਜ਼ ਮਿਲਿਆ। ਓਕੇ, ਅਬਾਊਟ ਦਾ ਆਪਾਂ ਕਹਿੰਦੇ ਐਲਫਰਡ ਨੋਬਲ ਦੀ ਅੱਜ ਵਿਲ ਪੜ੍ਹੀ, ਜਿਵੇਂ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਇਹਨਾਂ ਨੇ ਇੱਕ ਵਿਲ ਬਣਾਈ ਸੀ ਕਿ ਜਿਹੜੀ ਜਿੰਨਾ ਵੀ ਮੇਰਾ ਪੈਸਾ ਹੈ ਉਸ ਇੱਕ ਸੰਸਥਾ ਦਾ ਕ੍ਰੀਏਟ ਕੀਤੀ ਜਾਵੇ ਜਿਹੜਾ ਹਰ ਸਾਲ ਨੋਬਲ ਪ੍ਰਾਈਜ਼ ਵੰਡਣ। ਤਾਂ ਇਹਨਾਂ ਨੇ ਆਪਣੀ ਜਿਹੜੀ ਵਿਲ ਸੀ ਉਸ 'ਚ ਲਿਖਿਆ ਸੀ ਜਿਹੜਾ ਪੀਸ ਪ੍ਰਾਈਜ਼ ਹੈ ਉਹ ਨੋਰਵੇ ਦਊਗਾ। ਤਾਂ ਇਹਨਾਂ ਨੇ ਕੋਈ ਰੀਜ਼ਨ ਨਹੀਂ ਦੱਸਿਆ ਕਿ ਬਾਕੀ ਸਾਰੇ ਸਵੀਡਨ ਦੇ ਰਹੇ ਨੇ ਪਰ ਪੀਸ ਪ੍ਰਾਈਜ਼ ਨੋਰਵੇ ਕੋ ਦੇਗਾ। ਬਸ ਇਹਨਾਂ ਦੀ ਇੱਕ ਇੱਛਾ ਸੀਗੀ ਕਿ ਜਿਹੜਾ ਵੀ ਪੀਸ ਪ੍ਰਾਈਜ਼ ਹੋਏਗਾ ਉਹ ਨੋਰਵੇ ਦੇਗਾ। ਇਹ ਮੈਂਬਰਸ ਕਮੇਟੀ ਹੁੰਦੀ ਹੈ ਜੋ ਕਿ ਨੋਰਵੇ ਦੇ ਪਾਰਲੀਮੈਂਟ, ਜੋ ਕਿ ਨੋਰਵੇ ਪਾਰਲੀਮੈਂਟ ਦਾ ਨਾਮ ਕੀ ਹੈ, ਸਟੋਟਿੰਗ, ਠੀਕ ਹੈ ਜੀ, ਉਹ ਦਿਆ ਕਰੇਗੇ। ਉਹਨਾਂ ਦੇ ਗ੍ਰੇਟ ਬਹੁਤ ਜ਼ਿਆਦਾ ਇਨਫਲੂਐਂਸ ਰਹਿੰਦਾ। ਹੁਣ ਜਿਹੜੇ 9 ਬੰਦੇ ਭਾਰਤੀਆਂ ਨੂੰ ਨੋਬਲ ਪ੍ਰਾਈਜ਼ ਮਿਲਿਆ ਉਹਨਾਂ ਬਾਰੇ, ਸਭ ਤੋਂ ਪਹਿਲਾਂ 1913 ਰਵਿੰਦਰ ਨਾਥ ਟੈਗੋਰ ਲਿਟਰੇਚਰ, ਇਹਨਾਂ ਨੂੰ ਲਿਟਰੇਚਰ ਵਿੱਚ ਮਿਲਿਆ ਰਵਿੰਦਰ ਨਾਥ ਟੈਗੋਰ ਨੂੰ। 1930 CV ਰਮਨ ਨੂੰ ਮਿਲਿਆ ਫਿਜ਼ਿਕਸ ਮਿਲਿਆ ਜੀ ਫੋਰ ਸਕੈਟਰਿੰਗ ਆਫ ਲਾਈਟ। 1968 'ਚ ਹਰਗੋਬਿੰਦ ਖੁਰਾਨਾ ਫੋਰ ਮੈਡੀਸਨ, ਜੈਨੇਟਿਕ ਕੋਡ ਐਂਡ ਪ੍ਰੋਟੀਨ ਸਿੰਥਿਸਿਸ। 1983 ਸੁਬਰਮਨੀਅਮ ਚੰਦਰਾ ਸ਼ੇਖਰ ਨੂੰ ਮਿਲਿਆ ਫਿਜ਼ਿਕਸ ਕਰਕੇ ਫੋਰ ਦ ਐਵੋਲਿਊਸ਼ਨ ਆਫ ਸਟਾਰਸ। ਫਿਰ ਮਦਰ ਟੈਰੇਸਾ 1979, ਮਦਰ ਟੈਰੇਸਾ ਨੂੰ ਕਿਸ ਕਰਕੇ ਮਿਲਿਆ ਜੀ, ਪੀਸ ਕਰਕੇ ਮਿਲਿਆ। ਅਤੇ 1998 'ਚ ਅੰਮ੍ਰਿਤਾ ਸੇਨ ਇਕਨੋਮਿਕਸ ਫੋਰ ਵੈਲਫੇਅਰ ਇਕਨੋਮਿਕਸ। ਹੁਣ ਜਿਹੜਾ ਦੂਜਾ ਬੰਦਾ ਅਭਿਜੀਤ ਬੈਨਰਜੀ 2019 'ਚ ਜਿਹਨਾਂ ਨੂੰ ਇਕਨੋਮਿਕਸ ਮਿਲਿਆ, ਉਹਨਾਂ ਨੂੰ ਐਕਸਪੈਰੀਮੈਂਟਲ ਅਪਰੋਚ ਫੋਰ ਐਲੀਵੇਟਿੰਗ ਪਾਵਰਟੀ, ਮਤਲਬ ਗਰੀਬੀ ਹਟਾਉਣ ਵਾਸਤੇ ਜਿਹੜੀ ਉਹਨਾਂ ਦੀ ਐਕਸਪੈਰੀਮੈਂਟਲ ਸੋਚ ਹੈ ਉਸ ਕਰਕੇ ਮਿਲਿਆ। ਪਰ ਅੰਮ੍ਰਿਤਾ ਸੇਨ ਜਿਹਨਾਂ ਨੂੰ 1998 'ਚ ਮਿਲਿਆ ਉਹ ਕਿਸ ਕਰਕੇ ਮਿਲਿਆ ਜੀ, ਵੈਲਫੇਅਰ ਇਕਨੋਮਿਕਸ ਕਰਕੇ ਮਿਲਿਆ। 2009 'ਚ ਵੈਂਕਟਰਮਨ ਰਾਮਾਕ੍ਰਿਸ਼ਨ ਫੋਰ ਸਟੱਡੀਜ਼ ਆਫ ਦ ਸਟਰਕਚਰ ਐਂਡ ਫੰਕਸ਼ਨਿੰਗ ਆਫ ਦ ਰਿਬੋਸੋਮ। 2014 'ਚ ਕੈਲਾਸ਼ ਸੱਤਿਆਯਾਤਰੀ ਫੋਰ ਪੀਸ ਮਿਲਿਆ ਜੀ। ਥੈਂਕਸ ਗਾਇਸ, ਆਪਾਂ 2019 ਦੇ ਐਨਾਲਿਸਿਸ ਕਰਾਂਗੇ ਕਿ ਕਿਸ ਨੂੰ ਅਵਾਰਡ ਮਿਲਿਆ, ਕਿਸ ਰੀਜ਼ਨ ਕਰਕੇ ਮਿਲਿਆ, ਉਹਨਾਂ ਦੀ ਅੱਗੇ ਕੀ ਕੰਟਰੀਬਿਊਸ਼ਨ ਰਹਿਣਗੀਆਂ। ਥੈਂਕ ਯੂ, ਸਬਸਕ੍ਰਾਈਬ ਅਵਰ ਚੈਨਲ। ਥੈਂਕ ਯੂ।